ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਪੰਜਾਬ ਪੁਲਿਸ ਲੋਕਾਂ ਤੇ ਡਰੋਨ ਕੈਮਰੇ ਨਾਲ ਨਿਗਰਾਨੀ ਰੱਖ ਰਹੀ ਹੈ। ਬਟਾਲਾ ਪੁਲਿਸ ਨੇ ਵੀ ਇਸੇ ਤਰ੍ਹਾਂ ਲੋਕਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਤੇ ਕੈਮਰੇ ਨਾਲ ਨਜ਼ਰ ਰੱਖੀ ਜਾ ਰਹੀ ਹੈ। ਜਿਹੜੇ ਲੋਕ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਨੇ ਉਹਨਾਂ ਤੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਨੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਲੋਕਾਂ ਤੇ ਇਸ ਸਮੇਂ ਮਾਮਲੇ ਦਰਜ ਕੀਤੇ ਜਾਣਗੇ ਉਹ ਆਉਣ ਵਾਲੇ ਸਮੇਂ ਵਿੱਚ ਲਾਇਸੈਂਸ ਅਤੇ ਪਾਸਪੋਰਟ ਨਹੀਂ ਬਣਵਾ ਸਕਣਗੇ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹੀ ਕਾਰਵਾਈ ਤੋਂ ਬਚਣ ਲਈ ਉਹ ਆਪਣੇ ਘਰਾਂ ਵਿੱਚ ਰਹਿਣ ਤਾਂ ਜੋ ਕਿ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ। ਅੱਜ ਅਸੀਂ ਇੱਥੇ ਡਰੋਨ ਨਾਲ ਟ੍ਰਾਇਲ ਕੀਤਾ ਗਿਆ ਜਿਸ ਨਾਲ ਅਸੀਂ ਜੋ ਸੰਘਣੀ ਆਬਾਦੀ ਵਾਲੇ ਏਰੀਆ ਨੇ ਜਿਵੇਂ ਗਾਂਧੀ ਕੈਂਪ, ਮੁਰਗੀ ਮੁਹੱਲਾ ਜਾਂ ਜੋ ਗੇਟਡ ਸਿਟੀ ਹੈਗਾ ਜਾਂ ਕੋਈ ਹੋਰ ਵੀ ਜਿੱਥੇ ਸੰਘਣੀ ਆਬਾਦੀ ਵਾਲੇ ਲੋਕ ਰਹਿੰਦੇ ਆ, ਜੋ ਲੋਕ ਬਾਹਰ ਘਰਾਂ 'ਚ ਆ ਕੇ ਤਾਸ਼ਾਂ ਖੇਡਦੇ ਹੈਗੇ ਆ ਜਾਂ ਇਕੱਠੇ ਹੋ ਕੇ ਇਕੱਠ ਕਰ ਲੈਂਦੇ ਆ, ਉਹਨਾਂ 'ਤੇ ਸਾਡੀ ਕੜੀ ਨਿਗਰਾਨੀ ਰੱਖੀ ਜਾਏਗੀ ਇਹਦੇ ਡਰੋਨ ਦੇ ਥਰੂ। ਅਤੇ ਅਸੀਂ ਇਹਦੇ ਥਰੂ ਜੋ ਸਾਡੇ ਕੋਲ ਵੀਡੀਓ ਕੈਪਚਰ ਹੋਣਗੇ ਉਹਦੇ ਬਿਹਾਫ 'ਤੇ ਅਸੀਂ ਐਕਸ਼ਨ ਲਵਾਂਗੇ। ਇਸ ਕਰਕੇ ਮੇਰੀ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ, ਇਸ ਜੋ ਕਰੋਨਾ ਦੀ ਬਿਮਾਰੀ ਹੈਗਾ ਇਹਨੂੰ ਅਸੀਂ ਇਸ ਚੰਗੀ ਤਰ੍ਹਾਂ ਸਮਝੀਏ ਅਤੇ ਇਹਦੇ ਲਈ ਪ੍ਰੀਕੋਸ਼ਨ ਲਈਏ ਅਤੇ ਅਸੀਂ ਜੋ ਕਾਨੂੰਨ ਹੈਗਾ ਕਾਨੂੰਨ ਮੁਤਾਬਿਕ ਅਸੀਂ ਜੋ ਉਹ ਵੀ ਸਾਡੇ ਇਹਦੇ ਅਤੇ ਜੋ ਕਬ ਵੀਡੀਓ ਆਏਗੀ ਉਹਦੇ ਮੁਤਾਬਿਕ ਐਕਸ਼ਨ ਲਿਆ ਜਾਵੇਗਾ ਅਤੇ ਜਿਸ ਵਿੱਚ 2 ਸਾਲ ਦੀ ਸਜ਼ਾ ਹੈ। ਅਤੇ ਇਸ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਇਹ ਪਰਚੇ ਜੋ ਜਿਸ ਉੱਪਰ ਇਹ FIR ਰਜਿਸਟਰਡ ਹੁੰਦੀ ਹੈ ਉਹਦੇ ਨਾ ਹੀ ਅਸੀਂ ਲਾਇਸੈਂਸ ਨਾ ਹੀ ਉਹਦਾ ਲਾਇਸੈਂਸ ਬਣੇਗਾ ਨਾ ਹੀ ਉਹਦਾ ਪਾਸਪੋਰਟ ਬਣੇਗਾ। ਇਸ ਲਈ ਇਸ ਨੂੰ ਬੜਾ ਸੀਰੀਅਸਲੀ ਲਿਆ ਜਾਵੇ, ਇਸ ਨੂੰ ਮਜ਼ਾਕ 'ਚ ਨਾ ਲਿਆ ਜਾਵੇ ਜੋ FIRs ਹੁੰਦੀਆਂ ਪਈਆਂ ਅਤੇ ਜੋ ਲੋਕਾਂ ਉੱਪਰ ਕਾਰਵਾਈ ਕੀਤੀ ਜਾਵੇ। ਸਰ ਕਿੰਨੇ ਡਰੋਨ ਲਾਏ ਗਏ ਸਾਰੇ ਸ਼ਹਿਰ 'ਚ? ਅਜੇ ਤੱਕ ਤਾਂ ਸਾਡੇ ਕੋਲ 1 ਹੈਗਾ ਜਾਂ 2 ਹੈਗੇ ਆ। ਜਿਸ ਤਰ੍ਹਾਂ ਨਾਲ ਵੱਖ ਵੱਖ ਏਰੀਏ 'ਚ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਏਗੀ ਉਸ ਇਸ ਡਰੋਨ ਰਾਹੀਂ ਅਸੀਂ ਸਾਰਾ ਸ਼ਹਿਰ ਹੀ ਤਕਰੀਬਨ ਕਵਰ ਕਰਾਵਾਂਗੇ। ਤੁਸੀਂ ਦੇਖ ਸਕਦੇ ਹੋ ਇਹ ਡਰੋਨ ਹੈਗਾ ਜੋ ਘੱਟੋ ਘੱਟ 100 ਫੁੱਟ ਉੱਚੀ ਉੱਡ ਸਕਦਾ ਅਤੇ ਵੀਡੀਓ ਵੀ ਕੈਪਚਰ ਕਰੇਗਾ ਇਹ ਅਤੇ ਜੋ ਹੈਗਾ ਕਲੋਜ ਸ਼ੋਟਸ ਵੀ ਅਤੇ ਹਾਈ ਸ਼ੋਟਸ ਵੀ ਇਹ ਸਾਰੇ ਲੈ। 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।